ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡਿਆਲਾ 87.8 FM ਰੇਡੀਓ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡਿਆਲਾ 87.88 FM ਰੇਡੀਓ ਆਕਲੈਂਡ ਨਿਊਜ਼ੀਲੈਂਡ। ਸੋ ਮੈਂ ਪਹਿਲੇ ਹੀ ਵਾਰਨ ਕਰ ਰਿਹਾ ਹਾਂ ਕਿ ਅਗਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਰੀਅਲ ਲਿੰਕ ਦੇ ਜ਼ਰੀਏ ਹੀ ਕਰੋ, ਕਿਉਂਕਿ ਇਹ ਰਾਈਟਸ ਜਿਹੜੇ ਰਿਜ਼ਰਵ ਨੇ ਰੇਡੀਓ ਸਾਡੇ ਵਾਲਾ। ਸਾਡੇ ਨਾਲ ਮੌਜੂਦ ਨੇ ਭੈਣ ਲਵਲੀ ਕੌਰ ਜੀ, ਆਏ ਹੋਏ ਨੇ ਅਮੈਰੀਕਾ ਤੋਂ, ਕੈਲੀਫੋਰਨੀਆ ਤੋਂ, ਅਤੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਵਿਚਾਰ ਜਿਹੜੇ ਨੇ ਅਸੀਂ ਉਹ ਸਾਂਝੇ ਕਰਦੇ ਹਾਂ ਕਿ ਭੈਣ ਜੀ ਨੂੰ ਦਰਬਾਰ ਸਾਹਿਬ ਕਰਤਾਰਪੁਰ ਜਿਹੜਾ ਕੋਰੀਡੋਰ ਹੈ ਇਹਦੇ ਅੰਦਰ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ, ਇਹ ਐਡਾ ਵੱਡਾ ਪ੍ਰੋਜੈਕਟ ਚੱਲ ਰਿਹਾ, ਦੁਨੀਆ ਦਾ ਵੱਡਾ ਗੁਰਦੁਆਰਾ ਜਿਹੜਾ ਬਣ ਗਿਆ ਪਾਕਿਸਤਾਨ ਦੇ ਅੰਦਰ, ਉਹ ਕਿੱਦਾਂ ਫੀਲ ਕਰ ਰਹੇ ਨੇ, ਅਤੇ ਆਓ ਅਸੀਂ ਗੱਲ ਕਰਦੇ ਹਾਂ ਲਵਲੀ ਭੈਣ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬੜਾ ਹੀ ਅੱਛਾ ਲੱਗ ਰਿਹਾ ਹੈ ਕਿ ਅਸੀਂ ਬਾਬਾ ਜੀ ਦੇ ਦਰਸ਼ਨ ਕਰਨ ਆਏ ਹਾਂ। 550 ਸਾਲਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ, ਉਹਦੇ ਆਗਮਨ ਦੇ ਵਿੱਚ ਕਾਫੀ ਜਿਹੜੀਆਂ ਪ੍ਰਬੰਧ ਹੋ, ਕੰਸਟਰਕਸ਼ਨ ਹੋ ਰਹੀ ਆ, ਕਾਫੀ ਜ਼ੋਰਾਂ ਸ਼ੋਰਾਂ 'ਤੇ ਆ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ। ਕਾਫੀ ਅੱਛਾ ਲੱਗ ਰਿਹਾ, ਬਹੁਤ ਵੱਡਾ ਕੈਂਪਸ ਹੈ, 1500 acres ਦੇ ਵਿੱਚ ਇਹ ਸਾਰਾ ਕੈਂਪਸ ਹੈ, ਅਤੇ ਇਸ ਦੇ ਬਾਰੇ ਵਿੱਚ ਕਾਫੀ ਕੁਛ ਮੈਨੂੰ ਦੇਖਣ ਨੂੰ ਮਿਲ ਰਿਹਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਸਰੋਵਰ ਹੈ, ਸਮਾਰਟ ਸਰੋਵਰ ਬਣ ਰਿਹਾ, ਸਭ ਤੋਂ ਵੱਡਾ ਖੰਡਾ ਸਾਹਿਬ ਉੱਧਰ ਬਣ ਰਿਹਾ ਹੈ, ਅਤੇ ਸਭ ਤੋਂ ਆਈ ਥਿੰਕ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ। ਅਤੇ ਮੈਂ ਸਾਰੇ ਆਪਣੇ ਜਿਹੜੇ ਭੈਣਾਂ ਭਰਾਵਾਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਰਹਿ ਰਹੇ ਆ, ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਜ਼ਰੂਰ ਇੱਥੇ ਆਓ ਅਤੇ ਬਾਬਾ ਜੀ ਦੀਆਂ ਦਰਸ਼ਨ ਕਰਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਤਾਂ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ। ਸਹੀ ਹੈ ਭੈਣ ਜੀ, ਹੋਰ ਇੱਕ ਗੱਲ ਦੱਸੋ, ਤੁਸੀਂ ਫਸਟ ਟਾਈਮ ਆਪਣੇ ਸਸੁਰਾਲ ਵੀ ਆਏ ਹੋ, ਜਿਹੜਾ ਤੁਹਾਡਾ ਅਸਲ ਸਸੁਰਾਲ ਸੀ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਆਪਣੇ ਸਸੁਰਾਲ ਆ ਕੇ? ਐਕਚੁਅਲੀ ਸੱਚ ਦੱਸਾਂ ਤਾਂ ਮੈਨੂੰ ਇੱਥੇ ਪੰਜਾਬ ਵਰਗਾ ਸੇਮ ਹੀ ਫੀਲ ਹੋ ਰਿਹਾ, ਬਲਕਿ ਜ਼ਿਆਦਾ ਅੱਛਾ ਲੱਗ ਰਿਹਾ, ਕਿਉਂਕਿ ਬੜਾ ਹੀ ਪਿਆਰ ਦੇਖਣ ਨੂੰ ਮਿਲ ਰਿਹਾ ਇੱਥੇ, ਬਹੁਤ ਲੋਕ ਇੰਨੇ ਅੱਛੇ ਨੇ। ਅਸੀਂ ਸੁਣਿਆ ਸੀ ਕਿ ਪਾਕਿਸਤਾਨ 'ਚ ਇਸ ਤਰ੍ਹਾਂ ਹੋ ਜਾਂਦਾ, ਇਸ ਤਰ੍ਹਾਂ ਹੋ ਜਾਂਦਾ, ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ, ਬੜਾ ਹੀ ਸੇਫ ਮਹਿਸੂਸ ਹੋ ਰਿਹਾ, ਅਤੇ ਲੋਕ ਸਾਨੂੰ ਬੜਾ ਹੀ ਪਿਆਰ ਦੇ ਰਹੇ ਨੇ, ਅਤੇ ਸਾਡਾ ਇੱਥੇ ਆਉਣਾ ਜਿਹੜਾ ਸੀਗਾ ਉਹ ਵੀ ਬੜਾ ਆਸਾਨ ਸੀਗਾ, ਅਸੀਂ ਵਾਹਗਾ ਬਾਰਡਰ ਦੇ ਥਰੂ ਆਏ ਹਾਂ, ਅਤੇ ਜਿਹੜੇ ਭੈਣ ਭਰਾ ਦੇਸ਼ਾਂ ਵਿੱਚ ਦੇਸ਼ਾਂ 'ਚ ਰਹਿ ਰਹੇ ਆ, ਉਹਨਾਂ ਨੂੰ ਵੀ ਕਾਫੀ ਸਹੂਲਤ ਹੋਏਗੀ, ਇੱਥੇ ਆਉਣ ਦੀ ਕੋਈ ਮੁਸ਼ਕਲ ਨਹੀਂ ਹੋਏਗੀ, ਕਿਉਂਕਿ ਈ ਵੀਜ਼ਾ ਅੱਜ ਕੱਲ੍ਹ ਚੱਲ ਰਿਹਾ, ਉਹ ਤੁਸੀਂ ਲੈ ਸਕਦੇ ਹੋ ਔਨਲਾਈਨ ਅਪਲਾਈ ਕਰਕੇ, ਉਹ ਤੁਸੀਂ ਆਸਾਨੀ ਦੇ ਨਾਲ ਹਾਸਲ ਕਰ ਸਕਦੇ ਹੋ, ਅਤੇ ਬਹੁਤ ਹੀ ਅੱਛਾ ਮਹਿਸੂਸ ਹੋਇਆ। ਹੋਰ ਜਿੱਦਾਂ ਜਿੱਦਾਂ ਕਹਿੰਦੇ ਆ ਕਿ ਵੀ ਤੁਸੀਂ ਪਾਕਿਸਤਾਨ ਜਾਓਗੇ ਤੁਹਾਡਾ ਵੀਜ਼ਾ ਕਿਤੇ ਹੋਰ ਦਾ ਨਹੀਂ ਲੱਗਣਾ, ਆ ਵੀ ਡਰਾਇਆ ਜਾਂਦਾ ਲੋਕਾਂ ਨੂੰ, ਕਿਉਂ ਇੱਦਾਂ ਦੀ ਕੋਈ ਗੱਲ ਹੈਗੀ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਇਸ ਤਰ੍ਹਾਂ ਦੀ ਮੇਰੇ ਹਿਸਾਬ ਨਾਲ ਤਾਂ ਕੋਈ ਗੱਲ ਨਹੀਂ। ਲੋਕਾਂ ਦਾ ਪਿਆਰ ਮੁਹੱਬਤ ਤੁਹਾਨੂੰ ਕਿੱਦਾਂ ਦਾ ਲੱਗਾ, ਜਿੱਦਾਂ ਤੁਸੀਂ ਹੁਣ ਪਾਕਿਸਤਾਨ 'ਚ ਜਿਸ ਵੇਲੇ ਆਏ ਹੋ, ਹਾਂਜੀ, ਅਤੇ ਤੁਹਾਨੂੰ ਕਿੱਦਾਂ ਦਾ ਪਿਆਰ ਮਿਲਿਆ ਇੱਥੇ ਆ ਕੇ? ਇੱਕ ਤਾਂ ਦੇਖੋ, ਪਿਆਰ ਤਾਂ ਵਾਹਗਾ ਬਾਰਡਰ ਤੋਂ ਹੀ ਸ਼ੁਰੂ ਹੋ ਗਿਆ ਸੀ, ਜਿਹੜਾ ਸਾਡਾ ਸਵਾਗਤ ਹੋਇਆ ਉੱਥੇ, ਬੜੀ ਚੰਗੀ ਤਰ੍ਹਾਂ ਸਾਡੇ ਨਾਲ ਉਹਨਾਂ ਨਾਲ ਸਵਾਗਤ ਕੀਤਾ, ਬੜੇ ਪਿਆਰ ਦੇ ਨਾਲ ਮਿਲੇ ਉਹ। ਅਤੇ ਇੱਕ ਗੱਲ ਮੈਂ ਹੋਰ ਮੈਨਸ਼ਨ ਕਰਨੀ ਚਾਹਾਂਗੀ ਕਿ ਜਦੋਂ ਮੈਂ ਦੇਖ ਰਹੀ ਹਾਂ ਸਾਰੇ ਮੇਰੇ ਵੀਰ ਜਿਹੜੇ ਮੁਸਲਮਾਨ ਨੇ, ਉਹਨਾਂ ਦੇ ਹੱਥੋਂ ਹੀ ਇਹ ਜਿਹੜਾ ਪ੍ਰਬੰਧ ਜਿਹੜਾ ਕੰਸਟਰਕਸ਼ਨ ਹੋ ਰਹੀ ਹੈ, ਅਤੇ ਮੇਰੇ ਹਿਸਾਬ ਨਾਲ ਇਹ ਬਾਬਾ ਜੀ ਦਾ ਇੱਕ ਪਿਆਰ ਮੁਹੱਬਤ ਦਾ, ਗੁਰੂ ਨਾਨਕ ਦੇਵ ਜੀ ਦਾ, ਸਾਰੀ ਮਨੁੱਖਤਾ ਨੂੰ ਸੰਦੇਸ਼ ਹੈ, ਇਹ ਮੈਨੂੰ ਬੜਾ ਅੱਛਾ ਲੱਗਿਆ। ਉਹਨਾਂ ਨੇ ਉਸ ਵੇਲੇ ਜਦੋਂ ਸਾਰੀਆਂ ਸੰਗਤਾਂ ਨੂੰ ਇਕੱਠਾ ਕੀਤਾ ਸੀਗਾ, ਹਿੰਦੂ ਵੀ, ਮੁਸਲਿਮ ਵੀ, ਸਿੱਖ ਵੀ, ਈਸਾਈ ਵੀ, ਸਾਰੇ ਲੋਕ ਇਕੱਠੇ ਸੀਗੇ, ਤੇ ਉਹ ਹੁਣ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਜਿੱਦਾਂ ਕਿ ਸਾਰੇ, ਮੈਂ ਫੀਲ ਹੋ ਰਿਹਾ ਪਾਕਿਸਤਾਨ 'ਚ, ਬਿਲਕੁਲ ਫੀਲ ਹੋ ਰਿਹਾ, ਮੈਨੂੰ ਲੱਗਦਾ ਹੈ ਹਵਾ ਦੇ ਵਿੱਚ ਹੀ ਮਤਲਬ ਤੁਸੀਂ ਮਹਿਸੂਸ ਕਰ ਸਕਦੇ ਹੋ, ਇੰਨਾ ਜ਼ਿਆਦਾ ਪਿਆਰ, ਇੰਨਾ ਮੁਹੱਬਤ, ਅਤੇ ਬਹੁਤ ਹੀ ਅੱਛਾ ਫੀਲ ਹੋ ਰਿਹਾ। ਅਤੇ ਭੈਣ ਜੀ, ਜਿਹੜੀਆਂ ਸਾਡੀਆਂ ਕੋਰਸ ਭੈਣਾਂ ਨੇ ਜਿਹੜੀਆਂ, ਜਿਸ ਤਰ੍ਹਾਂ ਤੁਸੀਂ ਜਗਤ ਸੰਗਤ ਵਾਸਤੇ ਤਾਂ ਇੱਕ ਮੈਸੇਜ ਦਿੱਤਾ, ਆਪਣੀਆਂ ਜਿਹੜੀਆਂ ਕੋਰਸ ਭੈਣਾਂ ਨੇ, ਤੁਹਾਨੂੰ ਪਤਾ ਉਹ ਘਰ 'ਚ ਬੈਠ ਕੇ ਬਹੁਤ ਅਰਦਾਸ ਕਰਦੀਆਂ ਨੇ, ਉਹਨਾਂ ਨੂੰ ਦਰਸ਼ਨ ਨੂੰ ਤੁਹਾਨੂੰ ਪਤਾ ਬਹੁਤ ਜਲਦੀ ਇਜਾਜ਼ਤ ਵੀ ਨਹੀਂ ਮਿਲਦੀ, ਘਰਾਂ ਵਾਲਿਆਂ ਦੀ ਵੀ ਹੁੰਦੀ, ਤਾਂ ਕੀ ਕਹੋਗੇ ਤੁਸੀਂ ਉਹਨਾਂ ਨੂੰ, ਕੀ ਕਹੋਗੇ ਭੈਣਾਂ ਨੂੰ, ਕੀ ਕਹੋਗੇ ਉਹਨਾਂ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਇਸ ਕੰਮ ਦੇ ਵਿੱਚ ਕਿਸੇ ਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ, ਅਤੇ ਇਹ ਤਾਂ ਬਾਬਾ ਜੀ ਦਾ ਹੁਕਮ ਹੈ, ਜਦੋਂ ਹੋਣਾ ਆ ਤੁਸੀਂ ਆਪ ਸਾਰਿਆਂ ਨੇ ਚੱਲ ਕੇ ਆ ਜਾਣਾ, ਜਿਸ ਤਰ੍ਹਾਂ ਮੈਂ ਆਈ ਹਾਂ ਉਸ ਤਰ੍ਹਾਂ ਹੀ ਸਾਰਿਆਂ ਨੇ ਆ ਜਾਣਾ, ਦਰਸ਼ਨ ਬਾਬਾ ਜੀ ਨੇ ਦੇਣੇ ਆ ਸਾਰਿਆਂ ਨੂੰ, ਸਾਰਿਆਂ 'ਤੇ ਮਿਹਰ ਹੋਣੀ ਆ। ਤੁਸੀਂ ਪੁਰਾਤਨ ਬਿਲਡਿੰਗ ਅੰਦਰੋਂ ਦੇਖ ਕੇ ਆਏ, ਕਿਸੇ ਪੁਰਾਤਨ ਚੀਜ਼ ਨੂੰ ਜਿੱਦਾਂ ਕਿਹਾ ਜਾ ਰਿਹਾ ਸੀ ਕਿ ਵੀ ਖਰਾਬ ਕਰਨਗੇ, ਤੁਹਾਨੂੰ ਕੋਈ ਪੁਰਾਤਨ ਚੀਜ਼ ਖਰਾਬ ਤਾਂ ਨਹੀਂ ਨਜ਼ਰ ਆਈ? ਨਹੀਂ, ਬਿਲਕੁਲ ਸੇਮ ਜਿਸ ਤਰ੍ਹਾਂ ਪੁਰਾਣਾ ਸਾਰਾ ਕੁਝ ਉਵੇਂ ਹੀ ਰੱਖਿਆ। ਸਿਰਫ ਕੰਸਟਰਕਸ਼ਨ ਜਿਹੜੀ ਹੈ ਉਹ ਸਿਰਫ ਚਾਰ ਪਾਸੇ ਜਿਹੜੀ ਹੈ ਉਹੀ ਕੀਤੀ ਗਈ ਹੈ, ਰੀਅਲ ਬਿਲਡਿੰਗ ਜਿਹੜੀ ਹੈ
ਉਹ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਸੇਮ ਹੈ ਹਾਂਜੀ ਉਹਦੇ ਵਿੱਚ ਕੋਈ ਚੇਂਜਿੰਗ ਨਹੀਂ ਕੀਤੀ ਗਈ ਕੋਈ ਲਾਸਟ ਮੈਸੇਜ ਤੁਸੀਂ ਜਗਤ ਸੰਗਤ ਨੂੰ ਦੇਣਾ ਚਾਹੋ ਕਿ ਵੀ ਜੋ ਬਾਬਾ ਜੀ ਦਾ ਉਪਦੇਸ਼ ਸੀ ਉਹਦਾ ਪਾਲਣ ਕਰਦਿਆਂ ਹੋਇਆਂ ਆਪਾਂ ਕੀ ਕਰ ਸਕਦੇ ਹਾਂ ਔਰ ਕਿੱਦਾਂ ਆਪਾਂ ਯੂਨਾਈਟ ਹੋ ਸਕਦੇ ਹਾਂ ਪਿਆਰ ਮੁਹੱਬਤ ਕਿੱਦਾਂ ਆਪਣੀ ਆਈ ਥਿੰਕ ਮੇਰੇ ਹਿਸਾਬ ਦੇ ਨਾਲ ਜੋ ਵੀ ਸਰਕਾਰਾਂ ਅੱਜ ਕੱਲ੍ਹ ਪ੍ਰਮੋਟ ਕਰ ਰਹੀਆਂ ਉਹ ਠੀਕ ਨਹੀਂ ਹੋ ਰਿਹਾ ਜਿਹੜੇ ਸਿੱਖ ਹਿੰਦੂ ਆਪਣੇ ਮੁਸਲਮਾਨ ਸਾਰੇ ਭਰਾ ਭਰਾ ਸਾਰਿਆਂ ਦਾ ਪਿਆਰ ਬਰਕਰਾਰ ਦਿਲਾਂ ਵਿੱਚ ਬਰਕਰਾਰ ਹੈ ਤਾਂ ਹਮੇਸ਼ਾ ਹੀ ਰਹੇਗਾ ਅਤੇ ਇਸ ਕਰਕੇ ਆਪਾਂ ਨੂੰ ਸਾਰੇ ਭੇਦਭਾਵ ਛੱਡ ਕੇ ਅਸੀਂ ਬਾਬਾ ਜੀ ਦੇ ਦਰਸ਼ਨ ਕਰਨ ਆਉਣਾ ਚਾਹੀਦਾ ਅਤੇ ਜਿਸ ਤਰ੍ਹਾਂ ਰੱਬ ਇੱਕੋ ਹੀ ਹੈ ਜਿੱਥੇ ਮਰਜ਼ੀ ਤੁਸੀਂ ਦੇਖ ਲਓ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਭੈਣ ਲਵਲੀ ਕੌਰ ਜੀ ਸਾਡੇ ਕੋਲ ਆਏ ਜਿੱਦਾਂ ਕਿ ਜਿਹੜੇ ਭਰਾ ਆਪਣੀਆਂ ਭੈਣਾਂ ਦੇ ਸਿਰ 'ਤੇ ਹੱਥ ਰੱਖਦੇ ਹੈ ਅਤੇ ਮੈਂ ਇੱਕ ਮੁਸਲਿਮ ਵੀਰ ਔਰ ਮੇਰੀ ਭੈਣ ਜਿਹੜੀ ਹੈ ਇਹ ਸਿੱਖ ਅਸੀਂ ਸਾਡੇ ਦੇਖੋ ਕਿੰਨਾ ਇੱਥੇ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਅਗਰ ਸ਼ਾਇਦ ਜਿਹੜੇ ਲੋਕ ਨਹੀਂ ਜਾਣਦੇ ਮੇਰੀਆਂ ਪੁਰਾਣੀਆਂ ਵੀਡੀਓਜ਼ ਜਿਨ੍ਹਾਂ ਨੇ ਨਹੀਂ ਦੇਖੀਆਂ ਉਹ ਇੱਕ ਵਾਰੀ ਪਿਛਲੀਆਂ ਮੇਰੀਆਂ ਵੀਡੀਓ ਦੇਖੋ ਅਤੇ ਇੱਥੇ ਤੁਹਾਨੂੰ ਸੇਵਾ ਕਰਦੇ ਹੋਏ ਲੋਕ ਜਿਹੜੇ ਨਜ਼ਰ ਆਉਣਗੇ ਉਹ ਹਿੰਦੂ ਮੁਸਲਿਮ ਸਿੱਖ ਔਰ ਈਸਾਈ ਸਾਰੇ ਦੇ ਸਾਰੇ ਜਿਹੜੇ ਨੇ ਉਹ ਇੱਥੇ ਸੇਵਾ ਕਰਦੇ ਸਨ ਮੇਰਾ ਖਿਆਲ ਹੈ ਕਿ ਫਿਰ ਤੋਂ ਇੱਕ ਵਾਰੀ ਹਿਸਟਰੀ ਰਿਪੀਟ ਹਿਮਸੈਲਫ ਜਿੱਦਾਂ ਕਿਹਾ ਜਾਂਦਾ ਉਹ ਵਾਲੀ ਗੱਲ ਜਿਹੜੀ ਹੈ ਦੁਬਾਰਾ ਤੋਂ ਹੋ ਰਹੀ ਹੈ ਦੁਬਾਰਾ ਤੋਂ ਏਕਤਾ ਬਣ ਰਹੀ ਹੈ ਹਿਊਮੈਨਿਟੀ ਦਾ ਜਿਹੜਾ ਦਰਸ਼ ਸੀਗਾ ਜਾਂ ਹਿਊਮੈਨਿਟੀ ਦੇ ਜਿਹੜੇ ਆਰਡਰ ਸਨ ਜਾਂ ਤਿੰਨ ਆਰਡਰ ਜਿਹੜੇ ਬਾਬਾ ਜੀ ਦੇ ਸਨ ਜਿਹੜੇ ਉਹਨਾਂ ਨੇ ਇੱਥੇ ਦਿੱਤੇ ਸੀ ਨਾਮ ਜਪੋ ਕਿਰਤ ਕਰੋ ਔਰ ਵੰਡ ਛਕੋ ਹੁਣ ਇੱਥੇ ਕਿਰਤ ਵੀ ਹੋਏ ਕਰੇਗੀ ਵੰਡ ਵੀ ਛਕੀ ਜਾਏਗੀ ਨਾਮ ਤਾਂ ਲਾਜ਼ਮੀ ਗੱਲ ਹੈ ਗੁਰੂ ਘਰ ਹੈ ਉਹ ਤਾਂ ਜਪਣਾ ਹੀ ਜਪਣਾ ਹੈ ਠੀਕ ਹੈ ਜੀ ਅਤੇ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਥੋੜ੍ਹੀ ਦੇਰ ਬਾਅਦ ਅਸੀਂ ਬਾਕੀ ਦੀ ਵੀਡੀਓ ਲੈ ਕੇ ਹੁਣ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ ਅਸੀਂ ਜੀ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ